ਕਿ ਸੁਖਬੀਰ ਸਿੰਘ ਹੋਰਾਂ ਨੇ ਬੜੀਆਂ ਧਾਰਮਿਕ ਅਵੱਗਿਆ ਵੀ ਬਹੁਤ ਕੀਤੀਆਂ ਤੇ ਪੋਲੀਟੀਕਲੀ ਵੀ ਅਕਾਲੀ ਦਲ ਬਿਲਕੁਲ ਗਰਾਊਂਡ ਤੇ ਆ ਗਿਆ। ਦੋ ਵੱਖ ਵੱਖ ਪਹਿਲੂ ਨੇ, ਇੱਕ ਤਾਂ ਧਾਰਮਿਕ ਪਹਿਲੂ ਆ ਤੇ ਇੱਕ ਰਾਜਸੀ ਪਹਿਲੂ ਆ, ਜਿਹਦੇ ਕਰਕੇ ਕੌਮ ਨੂੰ ਬਹੁਤ ਨਿਰਾਸ਼ਾ ਹੋਈ ਆ। ਜਦੋਂ ਤਨਖਾਹੀਆ ਐਲਾਨਿਆ ਜਾਂਦਾ, ਕੀ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਕਿਸੇ ਨਾਲ ਮਿਲ ਸਕਦੇ ਨੇ ਜਾਂ ਫਿਰ ਕੀ ਹੁੰਦਾ? ਬਿਲਕੁਲ, ਤਨਖਾਹੀਏ ਬੰਦੇ ਨੂੰ ਕੋਈ ਨਹੀਂ ਮਿਲਦਾ ਜੀ, ਜਦ ਤੱਕ ਉਹਦਾ ਸਜ਼ਾ ਨਾ ਲੱਗੇ ਨਾ ਉਹ ਭੁਗਤੇ, ਤਦ ਤੱਕ ਤਨਖਾਹੀਏ ਦੇ ਨਾਲ ਤੇ ਕੋਈ ਬੰਦਾ ਮੇਲ ਮਿਲਾਪ ਕਿਸੇ ਤਰ੍ਹਾਂ ਦਾ ਨਹੀਂ ਰੱਖ ਸਕਦਾ। ਇਸ ਕਰਕੇ ਜਹਿਦਾਰ ਜੀ ਨੇ ਕਿਹਾ ਵੀ ਤੂੰ ਕਿਸੇ ਫੰਕਸ਼ਨ 'ਚ ਨਹੀਂ ਜਾ ਸਕਦਾ, ਤੂੰ ਆਪਣੀ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਸਮਾਪਤ ਕਰ। ਪਰ ਤਨਖਾਹੀਏ ਤੋਂ ਬਾਅਦ ਮੈਂ ਦੇਖਿਆ ਜਿੰਨੇ ਵੀ ਇਤਿਹਾਸ ਦੇ ਵਿੱਚ ਤਨਖਾਹੀ ਆਏ ਆ, ਕਿਸੇ ਦੀ ਰਿਵਾਈਵਲ ਹੈ ਨਹੀਂ। ਠੀਕ ਹੈ ਕਿ ਸੁਖਬੀਰ ਸਿੰਘ ਹੋਰਾਂ ਨੇ ਬੜੀਆਂ ਧਾਰਮਿਕ ਅਵੱਗਿਆ ਵੀ ਬਹੁਤ ਕੀਤੀਆਂ ਤੇ ਪੋਲੀਟੀਕਲੀ ਵੀ ਅਕਾਲੀ ਦਲ ਬਿਲਕੁਲ ਗਰਾਊਂਡ ਤੇ ਆ ਗਿਆ। ਦੋ ਵੱਖ ਵੱਖ ਪਹਿਲੂ ਨੇ, ਇੱਕ ਤਾਂ ਧਾਰਮਿਕ ਪਹਿਲੂ ਆ ਤੇ ਇੱਕ ਰਾਜਸੀ ਪਹਿਲੂ ਆ, ਜਿਹਦੇ ਕਰਕੇ ਕੌਮ ਨੂੰ ਬਹੁਤ ਨਿਰਾਸ਼ਾ ਹੋਈ ਆ। ਜਦੋਂ ਤਨਖਾਹੀਆ ਐਲਾਨਿਆ ਜਾਂਦਾ, ਕੀ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਕਿਸੇ ਨਾਲ ਮਿਲ ਸਕਦੇ ਨੇ ਜਾਂ ਫਿਰ ਕੀ ਹੁੰਦਾ? ਬਿਲਕੁਲ, ਤਨਖਾਹੀਏ ਬੰਦੇ ਨੂੰ ਕੋਈ ਨਹੀਂ ਮਿਲਦਾ ਜੀ, ਜਦ ਤੱਕ ਉਹਦਾ ਸਜ਼ਾ ਨਾ ਲੱਗੇ ਨਾ ਉਹ ਭੁਗਤੇ, ਤਦ ਤੱਕ ਤਨਖਾਹੀਏ ਦੇ ਨਾਲ ਤੇ ਕੋਈ ਬੰਦਾ ਮੇਲ ਮਿਲਾਪ ਕਿਸੇ ਤਰ੍ਹਾਂ ਦਾ ਨਹੀਂ ਰੱਖ ਸਕਦਾ। ਇਸ ਕਰਕੇ ਜਹਿਦਾਰ ਜੀ ਨੇ ਕਿਹਾ ਵੀ ਤੂੰ ਕਿਸੇ ਫੰਕਸ਼ਨ 'ਚ ਨਹੀਂ ਜਾ ਸਕਦਾ, ਤੂੰ ਆਪਣੀ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਸਮਾਪਤ ਕਰ। ਪਰ ਤਨਖਾਹੀਏ ਤੋਂ ਬਾਅਦ ਮੈਂ ਦੇਖਿਆ ਜਿੰਨੇ ਵੀ ਇਤਿਹਾਸ ਦੇ ਵਿੱਚ ਤਨਖਾਹੀ ਆਏ ਆ, ਕਿਸੇ ਦੀ ਰਿਵਾਈਵਲ ਹੈ ਨਹੀਂ। ਠੀਕ ਹੈ ਕਿ ਸੁਖਬੀਰ ਸਿੰਘ ਹੋਰਾਂ ਨੇ ਬੜੀਆਂ ਧਾਰਮਿਕ ਅਵੱਗਿਆ ਵੀ ਬਹੁਤ ਕੀਤੀਆਂ ਤੇ ਪੋਲੀਟੀਕਲੀ ਵੀ ਅਕਾਲੀ ਦਲ ਬਿਲਕੁਲ ਗਰਾਊਂਡ ਤੇ ਆ ਗਿਆ। ਦੋ ਵੱਖ ਵੱਖ ਪਹਿਲੂ ਨੇ, ਇੱਕ ਤਾਂ ਧਾਰਮਿਕ ਪਹਿਲੂ ਆ ਤੇ ਇੱਕ ਰਾਜਸੀ ਪਹਿਲੂ ਆ, ਜਿਹਦੇ ਕਰਕੇ ਕੌਮ ਨੂੰ ਬਹੁਤ ਨਿਰਾਸ਼ਾ ਹੋਈ ਆ। ਜਦੋਂ ਤਨਖਾਹੀਆ ਐਲਾਨਿਆ ਜਾਂਦਾ, ਕੀ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਕਿਸੇ ਨਾਲ ਮਿਲ ਸਕਦੇ ਨੇ ਜਾਂ ਫਿਰ ਕੀ ਹੁੰਦਾ? ਬਿਲਕੁਲ, ਤਨਖਾਹੀਏ ਬੰਦੇ ਨੂੰ ਕੋਈ ਨਹੀਂ ਮਿਲਦਾ ਜੀ, ਜਦ ਤੱਕ ਉਹਦਾ ਸਜ਼ਾ ਨਾ ਲੱਗੇ ਨਾ ਉਹ ਭੁਗਤੇ, ਤਦ ਤੱਕ ਤਨਖਾਹੀਏ ਦੇ ਨਾਲ ਤੇ ਕੋਈ ਬੰਦਾ ਮੇਲ ਮਿਲਾਪ ਕਿਸੇ ਤਰ੍ਹਾਂ ਦਾ ਨਹੀਂ ਰੱਖ ਸਕਦਾ। ਇਸ ਕਰਕੇ ਜਹਿਦਾਰ ਜੀ ਨੇ ਕਿਹਾ ਵੀ ਤੂੰ ਕਿਸੇ ਫੰਕਸ਼ਨ 'ਚ ਨਹੀਂ ਜਾ ਸਕਦਾ, ਤੂੰ ਆਪਣੀ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਸਮਾਪਤ ਕਰ। ਪਰ ਤਨਖਾਹੀਏ ਤੋਂ ਬਾਅਦ ਮੈਂ ਦੇਖਿਆ ਜਿੰਨੇ ਵੀ ਇਤਿਹਾਸ ਦੇ ਵਿੱਚ ਤਨਖਾਹੀ ਆਏ ਆ, ਕਿਸੇ ਦੀ ਰਿਵਾਈਵਲ ਹੈ ਨਹੀਂ। ਠੀਕ ਹੈ ਕਿ ਸੁਖਬੀਰ ਸਿੰਘ ਹੋਰਾਂ ਨੇ ਬੜੀਆਂ ਧਾਰਮਿਕ ਅਵੱਗਿਆ ਵੀ ਬਹੁਤ ਕੀਤੀਆਂ ਤੇ ਪੋਲੀਟੀਕਲੀ ਵੀ ਅਕਾਲੀ ਦਲ ਬਿਲਕੁਲ ਗਰਾਊਂਡ ਤੇ ਆ ਗਿਆ। ਦੋ ਵੱਖ ਵੱਖ ਪਹਿਲੂ ਨੇ, ਇੱਕ ਤਾਂ ਧਾਰਮਿਕ ਪਹਿਲੂ ਆ ਤੇ ਇੱਕ ਰਾਜਸੀ ਪਹਿਲੂ ਆ, ਜਿਹਦੇ ਕਰਕੇ ਕੌਮ ਨੂੰ ਬਹੁਤ ਨਿਰਾਸ਼ਾ ਹੋਈ ਆ। ਜਦੋਂ ਤਨਖਾਹੀਆ ਐਲਾਨਿਆ ਜਾਂਦਾ, ਕੀ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਕਿਸੇ ਨਾਲ ਮਿਲ ਸਕਦੇ ਨੇ ਜਾਂ ਫਿਰ ਕੀ ਹੁੰਦਾ? ਬਿਲਕੁਲ, ਤਨਖਾਹੀਏ ਬੰਦੇ ਨੂੰ ਕੋਈ ਨਹੀਂ ਮਿਲਦਾ ਜੀ, ਜਦ ਤੱਕ ਉਹਦਾ ਸਜ਼ਾ ਨਾ ਲੱਗੇ ਨਾ ਉਹ ਭੁਗਤੇ, ਤਦ ਤੱਕ ਤਨਖਾਹੀਏ ਦੇ ਨਾਲ ਤੇ ਕੋਈ ਬੰਦਾ ਮੇਲ ਮਿਲਾਪ ਕਿਸੇ ਤਰ੍ਹਾਂ ਦਾ ਨਹੀਂ ਰੱਖ ਸਕਦਾ। ਇਸ ਕਰਕੇ ਜਹਿਦਾਰ ਜੀ ਨੇ ਕਿਹਾ ਵੀ ਤੂੰ ਕਿਸੇ ਫੰਕਸ਼ਨ 'ਚ ਨਹੀਂ ਜਾ ਸਕਦਾ, ਤੂੰ ਆਪਣੀ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਸਮਾਪਤ ਕਰ। ਪਰ ਤਨਖਾਹੀਏ ਤੋਂ ਬਾਅਦ ਮੈਂ ਦੇਖਿਆ ਜਿੰਨੇ ਵੀ ਇਤਿਹਾਸ ਦੇ ਵਿੱਚ ਤਨਖਾਹੀ ਆਏ ਆ, ਕਿਸੇ ਦੀ ਰਿਵਾਈਵਲ ਹੈ ਨਹੀਂ। ਠੀਕ ਹੈ ਕਿ ਸੁਖਬੀਰ ਸਿੰਘ ਹੋਰਾਂ ਨੇ ਬੜੀਆਂ ਧਾਰਮਿਕ ਅਵੱਗਿਆ ਵੀ ਬਹੁਤ ਕੀਤੀਆਂ ਤੇ ਪੋਲੀਟੀਕਲੀ ਵੀ ਅਕਾਲੀ ਦਲ ਬਿਲਕੁਲ ਗਰਾਊਂਡ ਤੇ ਆ ਗਿਆ। ਦੋ ਵੱਖ ਵੱਖ ਪਹਿਲੂ ਨੇ, ਇੱਕ ਤਾਂ ਧਾਰਮਿਕ ਪਹਿਲੂ ਆ ਤੇ ਇੱਕ ਰਾਜਸੀ ਪਹਿਲੂ ਆ, ਜਿਹਦੇ ਕਰਕੇ ਕੌਮ ਨੂੰ ਬਹੁਤ ਨਿਰਾਸ਼ਾ ਹੋਈ ਆ। ਜਦੋਂ ਤਨਖਾਹੀਆ ਐਲਾਨਿਆ ਜਾਂਦਾ, ਕੀ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਕਿਸੇ ਨਾਲ ਮਿਲ ਸਕਦੇ ਨੇ ਜਾਂ ਫਿਰ ਕੀ ਹੁੰਦਾ? ਬਿਲਕੁਲ, ਤਨਖਾਹੀਏ ਬੰਦੇ ਨੂੰ ਕੋਈ ਨਹੀਂ ਮਿਲਦਾ ਜੀ, ਜਦ ਤੱਕ ਉਹਦਾ ਸਜ਼ਾ ਨਾ ਲੱਗੇ ਨਾ ਉਹ ਭੁਗਤੇ, ਤਦ ਤੱਕ ਤਨਖਾਹੀਏ ਦੇ ਨਾਲ ਤੇ ਕੋਈ ਬੰਦਾ ਮੇਲ ਮਿਲਾਪ ਕਿਸੇ ਤਰ੍ਹਾਂ ਦਾ ਨਹੀਂ ਰੱਖ ਸਕਦਾ। ਇਸ ਕਰਕੇ ਜਹਿਦਾਰ ਜੀ ਨੇ ਕਿਹਾ ਵੀ ਤੂੰ ਕਿਸੇ ਫੰਕਸ਼ਨ 'ਚ ਨਹੀਂ ਜਾ ਸਕਦਾ, ਤੂੰ ਆਪਣੀ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਸਮਾਪਤ ਕਰ। ਪਰ ਤਨਖਾਹੀਏ ਤੋਂ ਬਾਅਦ ਮੈਂ ਦੇਖਿਆ ਜਿੰਨੇ ਵੀ ਇਤਿਹਾਸ ਦੇ ਵਿੱਚ ਤਨਖਾਹੀ ਆਏ ਆ, ਕਿਸੇ ਦੀ ਰਿਵਾਈਵਲ ਹੈ ਨਹੀਂ। ਠੀਕ ਹੈ।